ਆਪਾਂ ਆਪਣੀ ਗੱਲ ਕਰੀਏ ਅੰਮ੍ਰਿਤਸਰ ਦੀ ਜਿੱਥੇ ਖੜ੍ਹੇ ਹਾਂ, ਓਵਰਆਲ ਤਾਂ ਸਾਰੀ ਪਤਾ ਲੱਗ ਜਾਣੀ ਜਿਹੜੀ ਹੋਣੀ ਆ। ਗੁਰੂ ਨਗਰੀ ਨੇ ਬਹੁਤ ਵਧੀਆ ਵੱਡਾ ਫੈਸਲਾ ਲਿਆ ਲੋਕਾਂ ਨੇ ਔਰ ਵਿਸ਼ਵਾਸ ਕੀਤਾ ਹੈ ਕੰਮਾਂ 'ਤੇ, ਔਰ ਬੜੀ ਖੁਸ਼ੀ ਹੈ ਕਿ ਪਹਿਲਾ ਰਾਊਂਡ ਜਿਹੜਾ ਉਹ ਵਧੀਆ ਤਰੀਕੇ ਦੇ ਨਾਲ ਆਪ ਜਾ ਰਿਹਾ ਹੈ। ਟੋਟਲ ਜਿਹੜੀ ਹੈ ਰਾਊਂਡ ਦੀ ਗਿਣਤੀ ਉਹ ਮੇਰਾ ਖਿਆਲ ਥੋੜ੍ਹੇ ਚਿਰ ਤੱਕ ਆ ਜਾਏਗੀ, ਅੱਧੇ ਘੰਟੇ ਤੱਕ, ਬਾਕੀ ਜਿੰਨੇ ਕੁ ਮੈਨੂੰ ਪਤਾ ਲੱਗੇ ਉਹ ਤਕਰੀਬਨ ਸਾਰੀ ਜਗ੍ਹਾ 'ਤੇ ਹੀ ਆਪਿਆ। ਇਹ ਸਵਾਲ ਹੋ ਗਏ ਯਾਰ, ਹੁਣ ਕੋਈ ਹੋਰ ਆਪਾਂ ਅਗਲਾ ਸਵਾਲ ਕਰੀਏ ਕਿੱਦਾਂ ਜਾਣਾ। ਇਹਦੀ ਲੀਡਿੰਗ ਦਾ ਸਵਾਲ ਤੁਸੀਂ ਕਿੰਨੀ ਦੀ ਕਰ ਚੁੱਕੇ ਜੇ ਕਿਉਂ ਘੱਟੇ? ਇਹਦਾ ਕਾਰਨ ਤੁਹਾਨੂੰ ਦੱਸਿਆ, ਅਕਾਲੀ ਬੀਜੇਪੀ ਬਾਹਰ ਸੀ, ਉਹਨਾਂ ਦੇ ਵਰਕਰ ਨਹੀਂ ਕਿ ਚੰਗੀ ਤਰ੍ਹਾਂ ਕੰਮ ਕਰ ਸਕੇ, ਇਸ ਕਰਕੇ ਹੋਇਆ। ਹੁਣ ਆਪਾਂ ਨਵਾਂ ਅੰਮ੍ਰਿਤਸਰ ਲਈ ਕੀ ਕਰਨਾ ਹੈ ਉਹਦੇ ਬਾਰੇ ਕਰਨੀ ਹੈ ਕਿ ਉਹ ਚੱਲੀ ਮੈਂ ਬਿਲਕੁਲ ਸੰਤੁਸ਼ਟ ਹਾਂ। ਦੇਖੋ ਮੈਂ ਸਾਰਾ ਇੱਥੇ ਪੁਖਤਾ ਪ੍ਰਬੰਧ ਪ੍ਰਸ਼ਾਸਨ ਕੋਲ ਸੀ ਔਰ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਇਲੈਕਸ਼ਨ ਕਰਾਈ ਹੈ, ਔਰ ਉਹਨਾਂ ਦਾ ਥੈਂਕਸ ਕਿਉਂਕਿ ਬੜੇ ਦਿਨਾਂ ਦੇ ਅਸੀਂ ਵੀ ਚਲੋ ਜਿੱਥੇ ਆਪਣੇ ਤੌਰ 'ਤੇ ਲੱਗੇ ਹਾਂ, ਪ੍ਰਸ਼ਾਸਨ ਵੀ ਦਿਨ ਰਾਤ ਲੱਗਾ ਸਹੀ ਇਲੈਕਸ਼ਨ ਕਰਾਉਣ। ਵੋਟਰਾਂ ਦਾ ਤਾਂ ਮੈਂ ਗੁਰੂ ਨਗਰੀ ਦੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਵਧੀਆ ਫੈਸਲਾ ਲਿਆ, ਔਰ ਮੈਂ ਆਸ ਕਰੂੰਗਾ ਕਿ ਪਰਮਾਤਮਾ ਮੇਰੇ 'ਤੇ ਮਿਹਰ ਬਖਸ਼ੇ ਔਰ ਇਸੇ ਤਰ੍ਹਾਂ ਰੱਖੇ, ਔਰ ਜਿਹੜੇ ਗੁਰੂ ਨਗਰੀ ਦੇ ਕੰਮ ਨੇ ਜਿਹੜੇ ਰਹਿੰਦੇ ਕੰਮ ਨੇ ਉਹਨਾਂ ਨੂੰ ਆਪਾਂ ਪੂਰੇ ਕਰਾਂਗੇ ਸਾਰੇ ਰਲ ਕੇ। ਪ੍ਰਾਥਮਿਕਤਾ ਕੀ ਹੋਏਗੀ ਹੁਣ ਜਿੱਤਣ ਤੋਂ ਬਾਅਦ? ਪ੍ਰਾਥਮਿਕਤਾ ਉਹੀ ਹੈ ਜੋ ਤੁਸੀਂ ਪਹਿਲੇ ਆਪਣੀ ਭਾਸ਼ਣ ਦੇ ਵਿੱਚ ਸੀ, ਉਹੀ ਅੱਜ ਆ। ਇੰਡਸਟਰੀ ਆ ਜਿਹੜੀ ਨਹੀਂ ਹੈਗੀ, ਬੇਰੁਜ਼ਗਾਰੀ ਦਾ ਬਹੁਤ ਵੱਡਾ ਆਲਮ ਆ, ਕਿਸਾਨ ਮਜ਼ਦੂਰ ਦੇ ਮੁੱਦੇ ਆ, ਔਰ ਐਜੂਕੇਸ਼ਨ ਆਪਾਂ ਜਾ ਰਿਹਾ ਸੀ ਉਹਨੂੰ ਬਣਾਉਣਾ ਆ, ਏਅਰਪੋਰਟ ਸਾਡਾ ਅੰਤਰਰਾਸ਼ਟਰੀ, ਉੱਥੇ ਉਡਾਨਾਂ ਘਟੀਆਂ ਨੇ ਉੱਥੇ ਵਧਣੀਆਂ ਨੇ, ਆਪਣਾ ਰੇਲਵੇ ਸਟੇਸ਼ਨ ਹੈ ਜਿਵੇਂ ਜਿਹਦਾ ਸੁੰਦਰੀਕਰਨ ਕਰਨਾ ਆ। ਸ਼ਹਿਰ ਜਿਹੜਾ ਹੈ ਉਹ ਇਤਿਹਾਸਿਕ ਸ਼ਹਿਰ ਹੈ, ਪਰ ਉਹਦੀ ਲੁੱਕ ਜਿਹੜੀ ਉਸ ਤਰੀਕੇ ਦੀ ਨਹੀਂ ਹੈਗੀ, ਉਹਦੇ 'ਤੇ ਵੀ ਕੰਮ ਕਰਨਾ ਹੈ। ਸਾਰੀਆਂ ਚੀਜ਼ਾਂ ਵਿੱਚ ਇਨਵੋਲਵ ਨੇ, ਵਰਕਰ ਦੀ ਮਿਹਨਤ ਆ, ਲੀਡਰ ਸਾਹਿਬਾਨ ਦੀ ਮਿਹਨਤ ਆ, ਲੋਕਾਂ ਦਾ ਵਿਸ਼ਵਾਸ ਆ, ਲੋਕਲ ਹੋਣ ਦਾ ਵੀ ਵਾਧਾ ਹੁੰਦਾ ਆ, ਔਰ ਕੰਮਾਂ ਦਾ ਵੀ ਵਾਧਾ ਆ, ਹਰ ਚੀਜ਼ ਨੂੰ ਸੁਮੇਹ ਲੈ ਕੇ ਸਾਰੀਆਂ ਚੀਜ਼ਾਂ ਦਾ ਜਿੱਤ ਹੁੰਦੀ ਹੈ। ਕਿਸੇ ਇੱਕ ਚੀਜ਼ ਨਾਲ ਨਹੀਂ ਹੋ ਸਕਦੀ, ਇਕੱਲੀ ਇੱਕ ਨਾ ਕਹਿ ਦਈਏ ਵੀ ਇੱਕ ਮੈਂ ਗੁਰਜੀਤ ਔਜਲਾ ਜਿੱਤ ਗਿਆ, ਇਹ ਪੋਸੀਬਲ ਹੀ ਨਹੀਂ ਹੈਗਾ। ਇਹ ਸਾਰਿਆਂ ਦਾ ਸੁਮੇਲ ਆ, ਇਕੱਠੇ ਹੋ ਕੇ ਸਾਰਿਆਂ ਹੀ ਜ਼ੋਰ ਲਾਇਆ, ਸਾਰਿਆਂ ਦੀ ਜ਼ੋਰ ਨਾਲ ਹੀ ਜਿੱਤੇ।